ਮਾਸ਼ਾਅੱਲਾ ਜੀ, ਬਹੁਤ ਵੱਡੇ ਵੱਡੇ ਜਾਨਵਰ ਹਨ। 2,20,000 ਰੁਪਏ ਡਿਮਾਂਡ ਕਰਦੇ ਪੈਣ ਜਿਹਦੇ ਵੀ ਹਨ, ਲਾਜਵਾਬ ਹਨ ਜੀ। ਹੁਣ ਸਾਹਮਣੇ ਜਿਹੜਾ ਜੋੜਾ ਮਾਲ ਦਾ ਖੜੋਤਾ ਹੈ, ਐਸਾ ਖੂਬਸੂਰਤ ਮਾਲ ਤੁਸੀਂ ਨਾ ਡਿੱਠੋ ਸੀ। ਮਾਸ਼ਾਅੱਲਾ ਜੀ, ਬੜਾ ਸ਼ੌਕੀਆ ਵੀਡੀਓ ਬਣਵਾਏ ਨੇ ਔਰ ਜਾਨਵਰ ਵੀ ਬਹੁਤ ਆਲਾ ਔਰ VIP ਜਾਨਵਰ ਹੈ। ਬਿਸਮਿਲ੍ਲਾ ਰਹਿਮਾਨ ਰਹੀਮ ਜੀ, ਅਸਲਾਮ ਵਾਲੇਕੁਮ, ਗੁੱਡ ਮਾਰਨਿੰਗ, ਸੁਬਾ ਬਖੈਰ, ਕਿਆ ਹਾਲ ਚਾਲ ਹਨ? ਉਮੀਦ ਕਰਾਂਗਾ ਵੀ ਸਾਰੇ ਦੋਸਤ ਅਬਾਬ ਅੱਲਾ ਦੇ ਫਜ਼ਲੋ ਨਾਲ ਖੈਰ ਖਰੀਅਤ ਨਾਲ ਹੋ ਸੋ। ਅਤੇ ਅੱਜ ਹੀ ਜੁੰਮਾ ਔਰ ਮੈਂ ਸਰਾਏ ਮਹਾਜਰ ਵਾਲੀ ਮੰਡੀ 'ਤੇ ਆਇਆ ਖੜਦਾ, ਕਿਉਂਕਿ ਅੱਜ ਮੇਰਾ ਸੈਕਿੰਡ ਟਾਈਮ ਪੇਪਰ ਹੀ, ਮੈਂ ਇੱਕ ਫਸਟ ਟਾਈਮ ਆਪਣੀ ਡਿਊਟੀ ਨਿਭਾਊਂ। ਅੱਜ ਹੀ ਜਿਹੜਾ ਮੰਡੀ ਦਾ ਮਾਹੌਲ ਨਹੀਂ, ਓਏ ਹੋਏ ਹੋਏ, ਲਾਜਵਾਬ ਹੈ ਮੰਡੀ ਦੇ। ਬੜਾ ਖੂਬਸੂਰਤ ਔਰ ਬੜਾ VIP ਮਾਲ ਆਇਆ ਖੜੋਤਾ, ਤਾਂ ਚਲੋ ਤੁਹਾਨੂੰ ਮਾਲ ਵੀ ਦਿਖਾਉਂਦੇ ਔਰ ਰੇਟ ਅਪਡੇਟ ਵੀ ਚੈੱਕ ਕਰਾਉਂਦੇ ਹਾਂ। ਅੱਜ ਬੜਾ VIP ਆਲਾ ਤੋਂ ਆਲਾ ਔਰ ਖੂਬਸੂਰਤ ਮਾਲ ਆਇਆ ਖੜੋਤਾ ਹੈ। ਉਸ ਤੋਂ ਬਾਅਦ ਇਨਸ਼ਾਅੱਲਾ ਅੱਜ ਲੰਬੀ ਚੌੜੀ ਵੀਡੀਓ ਸੀ ਔਰ ਵੀਡੀਓ ਮੁਕੰਮਲ ਦੇਖਣੀ, ਤੁਸੀਂ ਮੇਰੇ 'ਤੇ ਅਹਿਸਾਨ, ਆਪਣਾ ਛੋਟਾ ਭਰਾ ਪੁੱਤਰ ਭੈਣ ਸਾਰੇ ਸਮਝ ਕੇ ਮੇਰੀ ਵੀਡੀਓ ਪੂਰੀ ਦੇਖ ਸੋ, ਤੁਹਾਡੀ ਮਿਹਰਬਾਨੀ ਹੋ ਸੀ। ਕਣਕਾਂ ਵਾਲੇ ਸੀਜ਼ਨ ਤੋਂ ਬਾਅਦ ਅੱਜ ਮੰਡੀ ਦਾ ਤੁਸੀਂ ਮਾਹੌਲ ਚੈੱਕ ਕਰੋ। ਮੰਡੀ ਦੇ ਵਿੱਚ ਹਾਲ ਤਾਂ ਮੈਂ ਵੜਾ ਨਾ, ਇਹ ਜਾਨਵਰ ਚੈੱਕ ਕਰੋ, ਇਹ ਦੂ ਜਾਨਵਰ ਚੈੱਕ ਕਰੋ, ਇਹ ਤਾਂ ਹਲਦੀ ਮੰਡੀ ਦੀ ਸ਼ੁਰੂਆਤ ਹੈ, ਠੀਕ ਹੈ। ਜਿੰਨੇ ਜਿੰਨੇ ਮੰਡੀ ਦੇ ਵਿੱਚ ਵੜਦਾ ਵੈਸਾ ਮਾਲ ਖੂਬਸੂਰਤ VIP ਬਿਊਟੀਫੁੱਲ ਔਰ ਆਲਾ ਤੋਂ ਆਲਾ ਮਾਲ ਨਜ਼ਰ ਆਉਂਦੇ ਵੈਸੇ, ਔਰ ਰੇਟ ਅਪਡੇਟ ਵੀ ਚੈੱਕ ਕਰੇ ਸੂੰ। ਹੁਣ ਸਾਹਮਣੇ ਜਿਹੜਾ ਜੋੜਾ ਮਾਲ ਦਾ ਖੜੋਤਾ, ਐਸਾ ਖੂਬਸੂਰਤ ਮਾਲ ਤੁਸੀਂ ਨਾ ਡਿੱਠੋ ਸੀ ਅੱਜ ਇਹ ਮਾਲ। ਹੁਣ ਮੈਂ ਤੁਹਾਨੂੰ ਦਿਖਾਉਣਾ, ਓਏ ਹੋਏ ਹੋਏ, ਚਲੋ ਸਾਰਿਆਂ ਤੋਂ ਪਹਿਲੇ ਤਾਂ ਇਸੇ ਮਾਲ 'ਤੇ ਪਹੁੰਚਦੇ, ਇਹਨਾਂ ਨੂੰ ਜਾਨਵਰਾਂ 'ਤੇ ਬਹਿੰਦੇ, ਇਹ ਦੂ ਜਾਨਵਰ ਜਿਹੜੇ ਖੜੋਤੇ ਜਿਹਦੇ ਵੀ ਹਨ, ਲਾਜਵਾਬ ਹਨ ਜੀ। ਮਾਸ਼ਾਅੱਲਾ, ਅਲਹਮਦੁਲਿਲਾ, ਅੱਲਾ ਪਾਕ ਨਸੀਬ ਕਰੇ ਜੀ ਜਿਹਦੇ ਵੀ ਹਨ। ਇਹਨਾਂ ਦਾ ਰੇਟ ਅਪਡੇਟ ਚੈੱਕ ਕਰੇ ਨੇ, ਮੇਰੇ ਅੰਦਾਜ਼ੇ 'ਚ 3-3 ਮਹੀਨਾ ਦੇ, 4-4 ਮਹੀਨਾ ਦੇ, ਲੇਕਿਨ ਇਹਨਾਂ ਦੀ ਜਿਹੜੀ ਖੂਬਸੂਰਤੀ ਹੈ ਨਾ, ਉਹ ਤਾਂ ਲਾਜਵਾਬ ਹੈ। ਹੁਣ ਇਹਨਾਂ ਦੇ ਇਹਦਾ ਮਾਲਿਕ ਆਵੇ ਆ ਤਾਂ ਉਸ ਕੋਲ ਚੱਸ ਚਾਹੂੰਗਾ। ਮੰਡੀ ਦੇ ਵਿੱਚ ਵੜਦਾ ਸਾਰ VIP ਔਰ ਆਲਾ ਤਰੀਨ ਜਾਨਵਰਾਂ ਦਾ ਵਿਜ਼ਿਟ, ਠੀਕ ਹੈ। ਤਾਂ ਤੁਹਾਡੇ ਇਹ ਜੋੜੇ ਦਾ ਕਿਤਨੇ ਪੈਸੇ ਹੁੰਦੇ? ਜੋੜੇ ਦਾ 1,15,000। 1,15,000 ਕਿਤਨੇ ਮਹੀਨਾ ਦੇ? ਦੋ ਢਾਈ ਮਹੀਨੇ ਦੇ। ਤੁਹਾਡੇ ਆਪਣੇ ਘਰ ਦੇ? ਮੇਰੇ ਵਪਾਰ ਦੇ। ਅੱਛਾ, ਵਪਾਰ ਦੇ, ਮੈਂ ਕਾਰੋਬਾਰੀ। ਅੱਗੇ ਮੈਂ ਤੁਹਾਨੂੰ ਸਰਾਂ ਵਾਲੀ ਮੰਡੀ 'ਤੇ ਕਰਾਂ ਨਹੀਂ, ਪਹਿਲੇ ਬਈ ਗਈ ਦਾ ਫਾਰਮ ਹੈ ਮੇਰਾ, ਆਪਣਾ ਨਿਊ ਬੁਖਾਰੀ ਫਾਰਮ। ਅੱਛਾ, ਵੈਸੇ ਮੈਂ ਮੰਡੀ 'ਚ ਵੜਾਂ, ਮੈਂ ਤੁਹਾਡੇ ਜਾਨਵਰ ਦੇਖ ਕੇ ਨਾ, ਉਹਦਾ ਦਿਲ ਬਾਗ ਬਾਗ ਥਿਆ ਗਿਆ। ਮਾਸ਼ਾਅੱਲਾ, ਸੋਹਣੇ ਜਾਨਵਰ ਇਹਨਾਂ ਵੀ ਆ, ਉਹ ਬੱਚਾ ਖੜਾ ਇਹਨਾਂ ਦਾ ਵਾਲਾ ਤੋਂ ਉੱਪਰ। ਉਹ ਬਰੀਡਰ ਓਏ ਸਾਹਮਣੇ ਵਾਲਾ, ਚਲੋ ਉਹ ਵੀ ਦਿਖਾਉਂਦੇ ਹਾਂ। VIP ਜਾਨਵਰ ਹੈ, ਚਲੋ ਇਹਨਾਂ ਦਾ ਬਰੀਡਰ ਕਿਆ। ਇਹ ਵੀ ਤੁਹਾਡੇ ਭਾਈ? ਇਹ ਕਹਿੰਦੇ ਇਹ ਜਾਨਵਰ ਕਹਿੰਦੇ ਇਹ ਕਿਤਨੇ ਡੰਦਰ ਕਰਤਾ? ਨਹੀਂ, ਕਿਤਨਾ ਡੁੰਦ ਹੈ? ਇੱਕ ਲੱਖ ਚਲੋ ਉਹ ਜਾਨਵਰ ਦਿਖਾਓ ਰੇ ਖਣਾਓ। ਮਾਸ਼ਾਅੱਲਾ ਜੀ, ਕਿਆ ਬਾਤ ਹੈ, ਖੂਬਸੂਰਤ ਅਲਾ VIP ਜਾਨਵਰ। ਇਹਦੀ ਕਿਤਨੀ ਡਿਮਾਂਡ ਹੈ? 1,70,000। 1,70,000? 1,70,000 ਰੁਪਇਆ। ਇਹ ਹੁਣ ਦੇਖੋ ਜੀ ਤੁਸੀਂ ਅਲਾ, ਇਹ ਕਿਤਨੇ ਡੰਦਾ ਜੀ, ਡੰਦ ਦਿਖਾਓ। ਮਾਸ਼ਾਅੱਲਾ ਜੀ, ਆ ਜਾਨਵਰ ਬੱਚਿਆਂ ਦਾ ਵਾਲਿਦ ਹੈ। ਅੱਛਾ, ਯਾਨੀ ਬਰੀਡਰ ਹੈ, ਬੜੀ ਆਲ ਹੈ। ਇਹ ਕਿਤਨਾ ਗੋਸ਼ਤ ਕਰਦੇ ਸੀ ਅੰਦਾਜ਼ਾ? ਤਕਰੀਬਨ ਇਸ ਟਾਈਮ ਖੜੇ 80 ਕਿਲੋ। 80 ਕਿਲੋ ਭਾਈ ਦੇ ਮਾਲ ਵਿਜ਼ਿਟ ਕਰਨ ਤੋਂ ਬਾਅਦ ਹੁਣ ਜੀ ਆ ਗਏ ਮੰਡੀ ਦੇ ਵਿੱਚ ਵਿਚਾਲੇ, ਔਰ ਹੁਣ ਆ ਗਏ ਜੀ ਜ਼ਫਰ ਵਾਲੇ ਮਾਲ ਕੋਲ। ਮਾਸ਼ਾਅੱਲਾ ਜੀ, ਜ਼ਫਰ ਵਾਲਾ ਮਾਲ ਆਇਆ ਖੜੋਤਾ। ਉਹ ਬੱਖਰ ਵਾਲੀ ਮੰਡੀ 'ਤੇ ਨਜ਼ਰ ਹੀ ਨਾ ਹੋਇਆ, ਮੈਂ ਤੁਹਾਨੂੰ ਗੋਲ ਗੋਲ ਬੇਹੋਸ਼ ਤੇ ਆ ਰਿਹਾ। ਫਸਲ ਕਰੀ ਲਾਲਾ, ਹੁਣ ਵਾਸੋ ਕੱਲ ਆਸੋ, ਕੋਈ ਪਤਾ ਨਹੀਂ। ਹਵਾ ਯਾਰ, ਮੈਂ ਤਾਂ ਬੇਹੋਸ਼ ਠੀਕ ਹਾਂ ਤੁਹਾਨੂੰ ਗੋਲ ਗੋਲ ਕੇ। ਤਾਂ ਇਹ ਸਾਰਾ ਜੀ ਜ਼ਫਰ ਦਾ ਮਾਲ ਆਇਆ ਖੜੋਤਾ, VIP ਮਾਲ ਹੈ। ਲੂ ਜੀ, ਮਾਸ਼ਾਅੱਲਾ, ਸ਼ੇਰੇ ਪੰਜਾਬ ਖੜੋਤੇ ਨੇ, ਬਹੁਤ ਵੱਡੇ ਵੱਡੇ ਜਾਨਵਰ ਖੜੋਤੇ ਨੇ। ਸ਼ਾਇਦ ਕੈਮਰੇ ਦੇ ਵਿੱਚ ਸਹੀ ਨਜ਼ਰ ਨਾ ਆਵੇ, ਲੇਕਿਨ ਜਾਨਵਰ ਬਹੁਤ ਜ਼ਿਆਦਾ ਵੱਡੇ ਨੇ। ਤੁਸੀਂ ਕਿੱਦਾਂ ਨਹੀਂ ਤੁਹਾਡੇ ਆਪਣੇ? ਨਹੀਂ, ਵੇਚਣੇ ਸਰ। ਵੇਚਣੇ? ਇਹਨਾਂ ਦੋਹਾਂ ਦੀ ਚੌਕੀ ਡਿਮਾਂਡ ਹੈ? 2,20,000 ਹੈ ਸਰ। 2,20,000? ਮਿੱਠੂ ਪਿੱਛਾ ਹਟਿਓ। ਇਹ ਹੁਣ ਦੇਖੋ ਜੀ ਤੁਸੀਂ, ਇਹ ਜ਼ਰਾ ਇੱਡੇ ਕਰੋ, ਖੁੱਲ੍ਹਾ ਕਰੋ। ਇਹਡੂ ਜਾਨਵਰ ਇਹਨਾਂ, ਮਾਸ਼ਾਅੱਲਾ ਜੀ, ਬਹੁਤ ਵੱਡੇ ਵੱਡੇ ਜਾਨਵਰ ਹਨ। 2,20,000 ਰੁਪਏ ਡਿਮਾਂਡ ਕਰਦੇ ਪੈਣ ਔਰ ਕਾਫੀ ਮੋਟੇ ਤਾਜ਼ੇ ਜਾਨਵਰ ਹੈ।
लाजवाब जानवर जी। या तो मंडिया का माहौल बनता ना, आज मंडी का माहौल देख के मेरा दिल तो बाग बाग हो गया भाई, इतने खूबसूरत जानवर। चलो अगर चलते हैं इतने जी परचून और विको माल तुम बाद ही दिखा सू। तो इतने जी ज़्यादातर कुर्बानी वाला माल जी, अज तो मैं भी पी जानवर तुम दिखावने, इन आम जानवर नहीं दिखावने, बड़े मोटे और ताज़े ताज़े जानवर दिखावने जेडे कि तुसा देख सो तुहाड़ा दिल बाग बाग हो जाएगा। मंडी दे विच जी तूतने और गाने ज़्यादा चलते पाते हैं तो इस वास्ते बचा ना। माशाल्लाह मुंदरा खड़ोता है, ओरिजिनल मुंदरा, खूबसूरत जानवर। ये जानवर भी सोने खड़ोते हैं, खूबसूरत हैं। भाई तू पूछते हैं लाला चौके पैसे मंगता पेंड वहाँ दे एक लाख चाली दोहां दा जी 1,40,000। माशाल्लाह जी माहौल चेक करें जाते मेले का पोस्टर लगा खड़ोता है जेड़ा सारे पड़ोस जो सी ए जी मेला दरबार टीबी नूर शाह 13, 14, 15 ते 16 तरीक तक उस इस पास जी आ गए। हूँ इतने तुम खूबसूरत माल दिखाने इतने जी हूँ सामने जानवर खड़ोते हैं VIP हैं, सोने खूबसूरत हैं। ये जो जानवर खड़ोते हैं अच्छे जानवर हैं जेडे 8 दाने खड़ोते हैं और इन्हों का रेट अपडेट अंदाजा तुसा देखा तुसा भी लवाए मंडिया के फिर मैं बुढ़ा थी गया, मेरी दाढ़ी चिट्टी हो गई, सिर चिट्टा हो गया, लेकिन तुहाडा कितना अंदाजा थे वीडियो दे कमेंट जरूर दसो कि इन्हें जो 5 दाने खड़ोते हैं उन्होंने कितनी कीमत है। तो चलो जी अगर जुलते हैं अगर टुरदे जुलते हैं और जेले सोना जानवर आसी तो उस तो विजिट जरूर करा सो, जानवर VIP आसी तो विजिट करा सो, इन आज टरलू फरलू आता नहीं विजिट करावना जिन्हें कि हम बड़ा जानवर खड़ोता है सोने जानवर खड़ोते हैं। साई कितने पैसे मांगते पो? 1.35 दे दूंगा। देखा दिखाओ दान दूंगा इस था असा सिर्फ लजता वाले हैं सोना जानवर रिठा बड़ा जानवर है जी, बहुत बड़ा जानवर, सोने जानवर का विजिट। चाचा तुसे कितने पैसे मंगते? 85,000। भाई साहब 85,000 मंगते पैन। आज मंडी का हालात ठीक है, इतनी महंगी नहीं, मंडी बिल्कुल फिट खड़ोती, बड़ी आराम दा खड़ोती, जेड़े च बकरां दा रेट भी ठीक है और इहदे विच छतरां दा रेट भी ठीक है। छतरे तो मुराद शीप, शीप तो मुराद भेड़, भेड़ मत रेट बिल्कुल ठीक है और बराबर रेट है। तो हुण जी तुहानू ओ जानवर दिखावण दा टाइम आ गए जेड़े के कुर्बानी वास्ते छुरी वास्ते और सेल थे खड़ोते हैं। तो चलो वो जानवर हूँ तो दिखाने और उन्होंने माहौल चेक कराने उन्होंने गपशप और ये माशाल्लाह बकरे खड़ोते हैं। तो उस्ताद को बकर की चस चाहने तकरीबन 5 बकरे सही किन्ने लाई खड़ोते हो? 85,000। 85,000 कितने डंडे खड़ोते हैं? 85,000 पुठे का माशाल्लाह 85,000 रुपये पुठे दे। वैसे राजनपुरी दी ना खूबसूरती दी क्या बात, खूबसूरती दा इन्हों का कोई लेवल ही अलग है। सारे कुर्बानी तो लगन वाले ने चौगे और ये बाकी त्राए चार डुंदे खूबसूरती वाले पासों इन्हों का लेवल भी अलग है। जानवर जितने भी खूबसूरत हैं उन्होंने तुम विजिट करा छोड़े जी हमने मैं गल की थी कि तुम विको माल दिखाना जो विका खड़ोता है ओ जी नैक्सट वीडियो तो भी दिखा सा क्योंकि वीडियो आज बना गए सा और दिखा सा कल क्योंकि आज मेरा पेपर भी है और कल सुकून घर करे सूँ तो जी वीडियो बनाई है दोसा वो अपलोड करे सूँ। उम्मीद करें जी कि तुम्हें आज की वीडियो अच्छी लगी उसी अच्छी लगी तो सारे चैनल सब्सक्राइब करे सो, वीडियो लाइक करे सो, अच्छे अच्छे कमेंट करे सो और मिलते इंशाल्लाह आने वाली वीडियो यानी कि नैक्सट वीडियो उस टाइम तक
اللہ حافظ، خدائی پامان۔